मैनू तां सिखां विच वी तूं दिसदा, मुसलमानां विच वी तूं दिसदा, मैनू तां हिंदुआं विच वी तूं दिसदा, मैनू तां ईसाइयां विच वी तूं दिसदा, मैनू तां जर्रे जर्रे विच तूं दिसदा। बोलो मैनू तां घट घट विच तूं दिसदा, घट घट मैं हर जुग वसा संतन कहो। ये सिख की अवस्था गुरु वाला बन के इत्थे तक पहुँचना, इहनू ब्रह्म ज्ञान कहिंदे ने, ते इत्थे तक सिख की यह मंजिल है, इत्थों तक पहुँचना। साध सिंह जी, वाहिगुरू जी का खालसा, वाहिगुरू जी की फतेह। अपने पूर्वले भाग जागे तो समागम दे विच आपां एकत्र होए। एक गल मैनूं बार बार मेरे अंदर आ रही है कि इत्थे कई बारी ये सवाल उठता है भी ये अधिकारी है जां नहीं है। जे कोई मैनू पुछे, मेरा निश्चा होर तरह का, शायद ठीक होवे। वो ये है कि यह पंडाल दे अंदर बिना अधिकार तो कोई आया ही नहीं। जिन्हों नहीं अधिकार ना, वो नहीं आया। जिन्हों के पूर्वले कर्म जागे ने, वो आए ने, तो एक तो एक चढ़ता है। मैनू कोई अणजाण नहीं लगता, मैं अपना निश्चा दसदा। मेरा अंदरला निश्चा यह है कि यह गुरु नानक रूप दे विच संगत बैठी है। मैं कुछ सुनाउणा नहीं है, मैं तो जिस तरह एक सबक सुनाउंदा हुंदा है स्टूडेंट, ऐ थोड़े नाल अपना तजर्बा सांझा करना। कोई उपदेश देण मैं नहीं आया, थोड़े वर्गा ही मैं आ। वही पंज तत् मेरे ने, वही थोड़े ने, वही मन चित बुद्ध मेरे अंदर है, वही थोड़े अंदर है, वही पंज ग्रान मेरे चलते ने, थोड़े भी चलते ने। कोई विशेष बात नहीं है, मैं ये गुरु ग्रंथ साहब के सामने बिल्कुल सत बोलता। मैं नहीं कोई बात करता, ना मैं कोई बड़ा हैगा, साधारण बंदा वर्गा बंदा। वो जो कुछ बोलिया जा रहा है वो इत्थों ही लिया होया, थोड़े कोलों ही बचपन दे विच लिया सी। मेरे याद है, मैं हैरान हुंदा भी वह समय मुड़ के भी आ जाणगे कदे। गुरद्वारा साहब आउणा, नंबरदार प्रेम सिंह होनी हुंदे, वो कीर्तन कर लैंदे सी, बड़े चंगे सी ग्रिस्ती हुंदे होए, कि फिर गुरु की सेवा निभाउंदे सी सारे गुरसिख। उस वेले तकरीबन सारे पिंड दे इत्थे इशनान करके भजन करया करदे सी परकरमा च बैठ के। मैनू पौड़ियां दे थले एक थौं लभ गया जिथे झाड़ू रखदे सी। उन्होंने अंदर चले जाना ते मैं बाहर बैठ जाना, पौड़ियां उहदे विच खुडे जे दे, उहदे च इन्ना मन लगना, रात हो जानी 10-11 बज जाने, ਘਰਦਿਆਂ ਨੇ ਵੀ ਟੋਲਦੇ ਫਿਰਨਾ ਵੀ ਕਿੱਧਰ ਚੱਲਿਆ, ਨਾਲ ਦਿਆਂ ਨੂੰ ਪੁੱਛਣਾ ਵੀ ਤੁਹਾਡੇ ਨਾਲ ਖੇਡਦੇ ਸੀ ਕਿੱਥੇ ਗਿਆ। ਇੱਕ ਦਿਨ ਗਿਆਨੀ ਰਾਮ ਸਿੰਘ ਜੀ ਕੋਈ ਪਤਾ ਨਹੀਂ ਕੀ ਲੈਣ ਵਾਸਤੇ ਆਏ, ਉਹ ਜਦ ਚੱਕਣ ਲੱਗੇ ਝਾੜੂ ਵਗੈਰਾ ਤਾਂ ਮੇਰੇ ਨਾਲ ਹੱਥ ਲੱਗ ਗਿਆ ਗੋਡੇ ਨਾਲ। ਉਹ ਇੱਕਦਮ ਘਬਰਾ ਗਏ ਵੀ ਇਹ ਕੌਣ ਹੋਇਆ, ਕੌਣ ਹੈ। ਮੈਂ ਦੱਸਿਆ, ਕਹਿੰਦੇ ਤੂੰ ਇੱਥੇ ਬੈਠਾ, ਕੋਈ ਲੜ ਜਾਵੇ ਸੱਪ ਆ ਜਾਂਦੇ ਨੇ, ਤੂੰ ਇਹ ਸੁਸਰੇ ਤੋਂ ਬੈਠਾ ਹੈ। ਬੜਾ ਮੈਨੂੰ ਘੂਰਿਆ, ਕਿਉਂਕਿ ਸਿਆਣੇ ਸੀ, ਸਿਆਣੇ ਕਹਿੰਦੇ ਹੀ ਹੁੰਦੇ ਨੇ। ਲੇਕਿਨ ਉਹ ਜਿਹੜੇ ਸਮੇਂ ਸੀ ਨਾ, ਜੋ ਬਿਰਤੀਆਂ ਲੱਗਦੀਆਂ ਸੀ ਇੱਥੇ, ਉਹ ਗੱਲਾਂ ਹੀ ਅਜੀਬ ਨੇ। ਪੜ੍ਹ ਕੇ ਥੋੜ੍ਹਾ ਚਿਰ ਮੈਂ ਖੇਤੀ ਕਰੀ, ਉਹ ਬਲਦ ਨਾਲ ਮੈਂ ਹੱਕਿਆ ਕਰਾਂ। ਮੈਨੂੰ ਹੁਣ ਮੈਂ ਦੱਸਦਾ ਹੁੰਦਾ, ਮੈਂ ਜਦ ਨਹੀਂ ਸੀ ਦੱਸਦਾ। ਉਹ ਬਲਦ ਦੇ ਜੇ ਸੋਟੀ ਮਾਰੋ ਤਾਂ ਤੁਰਦਾ ਨਹੀਂ ਹੈ। ਅਮਰ ਸਿੰਘ ਜਾਏ ਹੋਏ ਐਸੇ ਨੇ ਬਲਦ, ਹਲ ਚਲਾਉਂਦੇ ਸੀ ਵਿਚਾਰੇ, ਉਹਨਾਂ ਦਾ ਕੀ ਕਸੂਰ ਸੀ, ਦਿਨ ਰਾਤ ਦੱਬੀ ਫਿਰਦੇ ਸੀ। ਪਹਿਲਾਂ ਤਾਂ ਕਿੱਥੇ ਜਾ ਕੇ, ਉਹ ਨਾਲ ਦੇ ਪਿੰਡ ਨੇ ਉੱਥੇ ਜਾ ਕੇ ਹਲ ਜੋੜਨੇ, ਉਹ ਵੀ ਥੱਕ ਜਾਂਦੇ, ਅਸੀਂ ਵੀ ਥੱਕ ਜਾਂਦੇ। ਉਹ ਫਿਰ ਤਿੰਨ ਕੁ ਹਲ ਹੁੰਦੇ, ਉਹ ਮੈਂ ਪਿੱਛੇ ਲਾ ਲੈਣਾ। ਹੁਣ ਪਿੱਛੇ ਲਾਇਆ, ਉਹਨਾਂ ਨੂੰ ਤਾਂ ਡੰਡੇ ਡੁੰਡੇ ਮਾਰ ਕੇ ਤੋਰੀ ਜਾਣੇ, ਮੈਂ ਡੰਡਾ ਨਾ ਮਾਰਨਾ। ਉਹ ਸਾਡਾ ਛੋਟਾ ਭਰਾ ਸੀ, ਉਹਨਾਂ ਦਾ ਲੜਕਾ ਇੱਥੇ ਬੈਠਾ ਵਿੱਚ, ਉਹ ਮੇਰਾ ਲੰਮੀ ਹਲਾਈ ਦੇ ਵਿੱਚ ਮੁੜ ਕੇ ਮੈਂ ਸਾਰਿਆਂ ਦੇ ਮੂਹਰੇ ਆ ਜਾਣਾ, ਮੇਰੇ ਪਿੱਛੇ ਹੋ ਜਾਣੇ,
ਉਹਨੂੰ ਗੁੱਸਾ ਆ ਜਾਣਾ ਵੀ ਇੱਕ ਹਥਿਆਰ ਖਾ ਗਿਆ ਹੈ, ਉਹਨੇ ਮੇਰੇ ਵਾਲੀ ਜੋੜੀ ਫੜਨੀ ਕੁੱਟਣੀ ਉਹਨੇ, ਮੈਂ ਉਹਨੂੰ ਮਾਰਨਾ ਕੁੱਟਣਾ ਇਹਨਾਂ ਨੂੰ, ਪਰ ਉਹਨੇ ਪਿੱਛੇ ਲਿਆ ਕੇ ਛੱਡਣੀ, ਕਹਿਣਾ ਤੂੰ ਕੁਛ ਕਹਿੰਦਾ ਨਹੀਂ, ਗੁਰਮੁਖਾ ਗੁਰਮੁਖਾ ਕਰੀ ਜਾਣਾ। ਹੁਣ ਇਹ ਮੈਂ ਭੇਤ ਨਹੀਂ ਸਿਖੋ ਲਿਆ ਕਿਸੇ ਕੋਲ ਵੀ ਮੈਂ ਸੋਟੀ ਕਿਉਂ ਨਹੀਂ ਸੀ ਮਾਰਦਾ। ਤੁਸੀਂ ਸਾਰੇ ਹੈਰਾਨ ਹੋਵੋਗੇ ਕਿਉਂਕਿ ਕਮਲੀਆਂ ਦੀਆਂ ਗੱਲਾਂ ਹੁੰਦੀਆਂ ਇਹ। ਮੈਂ ਇਹ ਨਹੀਂ ਸੀ ਮਾਰਦਾ, ਮੈਂ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਦਾ ਸੀ ਇੱਥੇ। ਉਹ ਧਿਆਨ ਇੰਨਾ ਪਰਪੱਕ ਹੋ ਗਿਆ, ਜੇ ਮੈਂ ਅਸਮਾਨ ਵੱਲ ਦੇਖਦਾ ਤਾਂ ਉਹ ਐਡੀ ਓ ਸ਼ਕਲ ਹੋ ਕੇ ਉਹ ਮੇਰੇ ਸਾਹਮਣੇ, ਜੇ ਮੈਂ ਕਿਸੇ ਹੋਰ ਚੀਜ਼ ਵੱਲ ਦੇਖਦਾ ਉਹ ਮੇਰੇ ਸਾਹਮਣੇ, ਜੇ ਮੈਂ ਫਾਲੇ ਵੱਲ ਦੇਖਦਾ ਉਹ ਧਰਤੀ ਜਿੱਥੇ ਐਂ ਫਟਦੀ ਜਾਂਦੀ ਹੈ ਉੱਥੇ ਉਹ ਸਾਹਮਣੇ। ਹੁਣ ਜੇ ਮੈਂ ਸੋਟੀ ਚੱਕੀ ਮਾਰਾਂ ਕਿੱਥੇ, ਜਦ ਮਾਰਦਾ ਮੂਹਰੇ ਗੁਰੂ ਨਾਨਕ ਸਾਹਿਬ ਨੇ। ਇਹ ਬੜੀ ਅਜੀਬ ਬਾਤ ਹੈ, ਮੈਂ ਸੋਟੀ ਮਾਰਨ ਨੂੰ ਥਾਂ ਹੀ ਨਹੀਂ ਹੈ ਕਿਤੇ, ਅਤੇ ਤਾਂ ਮਹਾਰਾਜ ਆਪ ਹੀ ਨੇ। ਸੋ ਉਹ ਦਿਨ ਸੀਗੇ ਜਿਹਨਾਂ ਨੂੰ ਸਾਧਨਾ ਦੇ ਦਿਨ ਕਿਹਾ ਜਾਂਦਾ, ਇਹਦੇ ਬਗੈਰ ਆਦਮੀ ਲੰਘਦਾ ਨਹੀਂ ਹੁੰਦਾ। ਸਾਧਨਾ ਜ਼ਰੂਰੀ ਹੈ ਹਰ ਬੰਦੇ, ਚਾਹੇ ਕੋਈ ਹੈ, ਕਿਉਂਕਿ ਤੁਸੀਂ ਇਸ ਵੇਲੇ ਸਾਰੇ ਜਗਿਆਸੂ ਬੈਠੇ ਹੋ। ਮੈਂ ਨਹੀਂ ਕਹਿੰਦਾ ਵੀ ਇੱਥੇ ਦੂਏ ਵੀ ਆਏ ਹੋਏ ਨੇ, ਕੋਈ ਨਹੀਂ ਆਇਆ, ਜੇ ਹੋਵੇ ਤਾਂ ਇੱਥੇ ਕਲਯੁਗ ਵਰਤਿਆ ਪਿਆ ਹੋਵੇ, ਰੌਲਾ ਪਵੇ, ਅਸੀਂ ਕਹੀਏ ਚੁੱਪ ਕਰੋ ਚੁੱਪ ਕਰੋ, ਤੁਸੀਂ ਸਾਰੇ ਜਗਿਆਸੂ ਹੈ। ਕੁਛ ਸੁਣਨ ਵਾਸਤੇ ਆਪਾਂ ਇਕੱਠੇ ਹੋਏ ਹਾਂ ਇੱਕ ਸਾਲ ਤੋਂ ਬਾਅਦ। ਇਹ ਵੀ ਮਹਾਰਾਜ ਨੇ ਚਾਂਸ ਬਣਾ ਤਾ ਆਪਾਂ ਨੂੰ ਫੇਰ ਇਕੱਠੇ ਹੋਣ ਨੂੰ, ਕਿਉਂਕਿ ਆਹ ਜਿਹੜਾ ਸਰੀਰ ਹੈ ਨਾ ਇਹ 1918 ਦਾ ਮਾਡਲ ਹੈ, 82 ਸਾਲ ਇਹਨੂੰ ਹੋ ਚੁੱਕੇ ਨੇ। ਓਪਰੇਸ਼ਨ ਮੈਨੂੰ ਕਰਾਉਣਾ ਪਿਆ, ਮੈਂ ਕਰਾਉਂਦਾ ਨਹੀਂ ਸੀ ਪਹਿਲਾਂ, ਡਾਕਟਰਾਂ ਨੇ ਮੈਨੂੰ ਬੜਾ ਕਿਹਾ ਵੀ ਓਪਰੇਸ਼ਨ ਕਰਾ ਲੈ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਐਂ ਦੱਸੋ, ਮੇਰੇ ਸਤਿਗੁਰੂ ਇਹ ਕਹਿੰਦੇ ਨੇ ਗਿਣ ਗਣ ਕਰ ਲਏ ਸਭ ਦਿਨ ਸਾਸ, ਮੈਂ ਵਧਣ ਘਟਣ ਤਿਲ ਸਾਸ, ਜੀਵਨ ਲੋੜੇ ਮਹਾਮੋਹ ਨਾਨਕ ਦੇਵ ਗਵਾਰ। ਵੀ ਮੇਰੇ ਸਤਿਗੁਰੂ ਨੇ ਸਾਹ ਗਿਣ ਕੇ ਭੇਜੇ ਹੋਏ ਨੇ, ਮੈਂ ਜੇ ਕਹਾਂ ਮੈਂ ਹੋਰ ਜਿਉਂਦਾ ਰਹਾਂ ਤਾਂ ਮੇਰੇ ਨਾਲ ਗਵਾਰ ਦੁਨੀਆ 'ਚ ਕਿਹੜਾ। ਉਹ ਜ਼ੋਰ ਲਾ ਰਹੇ ਡਾਕਟਰ ਅਮਰੀਕਾ 'ਚ, ਡਾਕਟਰ ਸੋਨੀ ਸੀ ਕਹਿੰਦਾ ਸਾਡੇ 7 ਡਾਕਟਰਾਂ ਦੀ ਟੀਮ ਹੈ, ਤੁਹਾਡਾ ਲੱਖਾਂ ਰੁਪਇਆ ਖਰਚਾ ਆਜੂਗਾ ਓਪਰੇਸ਼ਨ 'ਤੇ, ਅਸੀਂ ਸਾਰਾ ਫਰੀ ਕਰਾਂਗੇ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਾਣਾ ਤਾਂ ਸੰਸਾਰ ਤੋਂ ਸਭ ਨੇ ਹੈ। ਕਹਿੰਦੇ ਹਾਂ। ਮੈਂ ਕਿਹਾ ਆਹ ਜਿਹੜਾ ਹਾਰਟ ਵਾਲਾ ਕੰਮ ਹੈ ਨਾ, ਇਹ ਤੂੰ ਸਿਖਾਲਾ, ਜਾਣ ਦਾ ਕੋਈ ਸਾਧਨ ਹੀ ਨਹੀਂ ਹੈ, ਸਭ ਤੋਂ ਸਿਖਾਲਾ ਸਾਧਨ ਹੈ। ਮੈਂ ਕਿਹਾ ਇਦੂ ਇਹੀ ਜੀ ਮੈਂ ਵਧੀਆ ਚੀਜ਼ ਛੱਡ ਕੇ, ਖਬਰ ਹੈ ਮੈਨੂੰ ਕੋਈ ਨਮੂਨੀਆ ਹੋ ਜਾਵੇ, ਕੋਈ ਹੋਰ ਸੱਟ ਲੱਗੇ, ਤੜਫ ਤੜਫ ਕੇ ਜਾਣ ਦੇਵਾਂ। ਮੈਂ ਨਾ ਕਰਾਇਆ। ਅਚਾਨਕ ਗੁਰਦੁਆਰੇ ਸਾਹਿਬ ਮੈਂ ਜਾ ਕੇ ਰਤਵਾੜਾ ਸਾਹਿਬ ਗਿਆ, ਉੱਥੇ ਬਿਮਾਰ ਹੋ ਗਿਆ, ਇੰਨਾ ਜ਼ੋਰ ਦੀ ਦਰਦ ਉੱਠਿਆ, ਹਸਪਤਾਲ ਜਾਣਾ ਪਿਆ। ਸਾਰੀ ਸੰਗਤ ਉੱਥੇ ਪਹੁੰਚ ਗਈ, ਡਾਕਟਰਾਂ ਨੂੰ ਫਿਕਰ ਪੈ ਗਿਆ ਵੀ ਕੀ ਕਰਾਂਗੇ, ਪੈਰੇ ਪੂਰੇ ਉਹਨਾਂ ਦੇ ਟੁੱਟਦੇ ਜਾਣ। ਅਖੀਰ ਪੁਲਿਸ ਬੁਲਾਈ, ਮੈਨੂੰ ਕਿਹਾ, ਮੈਂ ਕਿਹਾ ਅਖਬਾਰ 'ਚ ਕਢਾ ਦਿਉ ਵੀ ਕੋਈ ਨਾ ਮੇਰੀ ਖਬਰ ਲੈਣ ਆਵੇ। ਸਭ ਨੂੰ ਬੇਨਤੀ ਕਰਕੇ ਭੇਜੀ ਵੀ ਤੁਸੀਂ ਇੱਥੇ ਰਹੋ, ਮੈਂ ਚੰਗਾ ਭਲਾ। ਪਰ ਸੰਗਤ ਨਹੀਂ ਸੀ, ਸੰਗਤ ਦੇ ਮਨ 'ਚ ਬਹੁਤ ਬਿਰਹਾ, ਪਿਆਰ, ਹੰਝੂ ਜਾਂਦੇ ਸੀ। ਮੈਨੂੰ ਵੀ ਮਹਿਸੂਸ ਹੁੰਦਾ ਸੀ, ਮੈਂ ਕਿਹਾ ਇਹ ਪਿਆਰ ਕਰਦੇ ਨੇ, ਇਹਨਾਂ ਨੂੰ ਬੜਾ ਔਖਾ ਹੋਣਾ। ਡਾਕਟਰਾਂ ਨੇ ਮਸ਼ੀਨਾਂ ਜਿਹੀਆਂ ਲਾਤੀਆਂ, ਅਤੇ ਉਹਦੇ ਬਾਅਦ ਡਾਕਟਰ ਉੱਥੇ ਜਿਹੜੇ ਵੱਡੇ ਨੇ ਕਹਿਣ ਲੱਗੇ, ਬਾਬਾ ਜੀ ਹਾਰਟ ਟ੍ਰਬਲ ਤੁਹਾਨੂੰ ਝਟਕਾ ਪਿਆ ਇੱਕ। ਮੈਂ ਹੱਸ ਪਿਆ, ਮੈਂ ਕਿਹਾ ਵੀ ਮੈਂ ਗਿਆ ਤਾਂ ਹੈ ਨਹੀਂ। ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਸਵੇਰੇ ਤੁਹਾਡਾ ਓਪਰੇਸ਼ਨ ਕਰ ਦੇਣਾ। ਮੈਂ ਕਿਹਾ ਮੈਂ ਤਾਂ ਨਹੀਂ ਕਰਾਉਣਾ। ਕਹਿੰਦੇ ਤੁਸੀਂ ਅਜੇ ਵੀ ਮੰਨ ਜਾਓ। ਮੈਂ ਕਿਹਾ ਕੀ ਕਰਾਂਗੇ, ਜੇ ਔਹਦ ਟੁੱਟ ਗਈ ਫਿਰ ਤਾਂ ਜੁੜਨੀ ਨਹੀਂ ਹੈ, ਐਵੇਂ ਤੁਸੀਂ ਪਾਠ ਪੜਾਈ ਕਰੋਗੇ। ਲੇਕਿਨ ਹਾਲਤ ਇਹ ਹੋਈ ਕਿ ਮੈਨੂੰ ਉਸੇ ਵੇਲੇ ਜਹਾਜ਼, ਉਹ ਕਹਿੰਦੇ ਅਸੀਂ ਤਾਂ ਜ਼ਬਰਦਸਤੀ ਕਰ ਦੇਣੀ। ਮੈਂ ਕਿਹਾ ਮੈਂ ਤੁਹਾਤੇ ਨਹੀਂ ਫੇਰ ਕਰਾਉਂਦਾ। ਦਿੱਲੀ ਤੋਂ ਉਸੇ ਵੇਲੇ ਜਹਾਜ਼ ਮੰਗਵਾਇਆ, ਸਪੈਸ਼ਲ ਜਹਾਜ਼, ਉਹ ਡਾਕਟਰਾਂ ਦਾ ਹੁੰਦਾ, ਅੱਠ 4-5 ਡਾਕਟਰ ਆਏ ਉਹਦੇ 'ਚ। ਮੈਂ ਕਿਹਾ ਸਕੋਟ ਜਾਣਾ, ਉੱਥੇ ਮੇਰੇ ਮਿਲਣ ਵਾਲੇ ਸੀ ਡਾਕਟਰ, ਉੱਥੇ ਮੈਂ ਚਲਿਆ ਗਿਆ। ਉਹ ਓਪਰੇਸ਼ਨ ਹੋਇਆ ਅਤੇ ਉੱਥੇ ਮੈਂ ਇੱਕ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ। ਉਹ ਇਹ ਹੈ ਕਿ ਅੰਤ ਸਮਾਂ ਅਸੀਂ ਦੇਖਿਆ ਨਹੀਂ ਹੈ, ਪਰ ਮੈਂ ਬਿਲਕੁਲ ਕੰਢੇ 'ਤੇ ਸੀਗਾ ਵੀ ਹੁਣ ਮੈਂ ਚਲੇ ਜਾਣਾ। ਉਹਦੇ ਵਾਸਤੇ ਮੈਂ ਤਿਆਰੀ ਕਰਦਾ ਸੀ, ਅਤੇ ਇਹ ਵੀ ਸੋਚਦਾ ਸੀ ਮੈਂ ਆਤਮਾ, ਮੈਂ ਤਾਂ ਮਰਨਾ ਨਹੀਂ, ਸਰੀਰ ਇਹੋ ਜਿਹੇ ਹਜ਼ਾਰਾਂ ਪਹਿਨੇ ਨੇ, ਹਜ਼ਾਰਾਂ ਪਹਿਨਣੇ ਨੇ, ਮੈਂ ਤਾਂ ਮਰਨਾ ਨਹੀਂ।
ਗੁਰੂ ਨਾਨਕ ਸਾਹਿਬ ਤੋਂ ਵਾਹਿਗੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਮਹਾਰਾਜ ਜੀ ਤੱਕ ਫਿਲਮ ਚੱਲ ਜਾ ਕਰਿਆ, ਮਹਾਰਾਜ ਜੀ ਤੱਕ ਆ ਜਾ ਕਰ। ਮੈਂ ਇੱਕੋ ਗੱਲ ਕਹਿੰਦਾ ਸੀ, ਮੈਂ ਮਹਾਰਾਜ ਜੇ ਤਾਂ ਲੈ ਕੇ ਜਾਣਾ ਠੀਕ ਹੈ, ਜੇ ਤੁਸੀਂ ਮੈਨੂੰ ਜ਼ਿੰਦਗੀ ਦੇਣੀ ਹੈ ਤਾਂ ਲੰਗੜੀ ਜੀ ਨਾ ਦਿਓ ਵੀ ਐਵੇਂ ਬਿਮਾਰ ਹੋਵਾਂ, ਮੇਰਾ ਸੁਭਾਅ ਹੈ ਸੇਵਾ ਕਰਨ ਦਾ, ਮੈਂ ਔਖਾ ਹੋ ਜੂੰ, ਉਦਾਸ ਹੋ ਜੂੰ ਜੇ ਮੈਂ ਮੰਜੇ 'ਤੇ ਪੈ ਗਿਆ, ਨਹੀਂ ਮੈਨੂੰ ਲੈ ਚੱਲੋ। ਇੱਕ ਬੇਨਤੀ ਮੈਂ ਕਰਦਾ ਵੀ ਅੱਜ ਤੱਕ ਮੈਂ ਅਰਦਾਸ ਨਹੀਂ ਕਰੀ, ਮੈਂ ਤੁਹਾਨੂੰ ਸਾਫ ਦੱਸਦਾ ਮੈਂ ਨਹੀਂ ਕਦੇ ਅਰਦਾਸ ਕਰੀ ਆਪਣੇ ਵਾਸਤੇ। ਉਹ ਐਂ ਨਹੀਂ ਕਰੀ ਵੀ ਮਹਾਰਾਜ ਕਿਤੇ ਦੂਰ ਹੈ ਜੇ ਮੇਰਾ ਮਿੱਤਰ ਹੈ ਮੈਂ ਉਹਦੇ ਮੂਹਰੇ ਹੱਥ ਬੰਨ ਬੰਨ ਕਿਉਂ ਕਹੀ ਜਾਵਾਂ, ਉਹ ਜਾਣਦਾ ਬਿਨਾਂ ਬੋਲੇ ਜਾਣਦਾ। ਮੈਂ ਮਹਾਰਾਜ ਮੈਂ ਕਹਿਣਾ ਵੀ ਮੈਨੂੰ ਕਸੂਤੇ 'ਚ ਥਾਂ ਨਾ ਸਿੱਟ ਦਿਓ, ਆਪਣੇ ਚਰਨਾਂ 'ਚ ਰੱਖਿਓ ਜੇ ਲੈ ਕੇ ਜਾਣਾ। ਉਹ ਦਿਲੀ ਅਰਦਾਸਾਂ ਸੀਗੀਆਂ, ਕਈ ਪ੍ਰੇਮੀਆਂ ਨੇ ਕਈ ਗੱਲਾਂ ਉੱਥੇ ਦੇਖੀਆਂ। ਅਤੇ ਉਹ ਡਾਕਟਰ ਮੈਨੂੰ ਪੰਜਵੇਂ ਦਿਨ ਕਹਿਣ ਲੱਗ ਗਏ, ਇੱਕ ਡਾਕਟਰ ਸੀਗਾ ਦੱਤ, ਉਹ ਤੀਏ ਦਿਨ ਆ ਗਿਆ ਮੇਰੇ ਕੋਲ ਓਪਰੇਸ਼ਨ ਤੋਂ ਬਾਅਦ। ਡਾਕਟਰਾਂ ਨੇ ਕਿਹਾ ਸੀ ਤੁਸੀਂ ਬੋਲਿਓ ਨਾ, ਉਹਨੇ ਆ ਕੇ ਕੋਈ ਰੂਹਾਨੀ ਗੱਲ ਚਲਾ ਲਈ, ਮੈਂ ਅੱਧਾ ਘੰਟਾ ਬੋਲੀ ਗਿਆ। ਉਹ ਡਾਕਟਰ ਕਹਿਣ ਲੱਗਿਆ ਵੀ ਮੈਂ ਜਾਤੀ ਕੀਤੀ ਆ, ਤੁਹਾਨੂੰ ਅੱਧਾ ਘੰਟਾ ਬੁਲਾਇਆ, ਪਰ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਨਾ 3 ਦਿਨ ਐਡਵਾਂਸ ਰਾਜੀ ਹੋ ਰਹੇ ਹੋ। ਡਾਕਟਰ ਹੈਰਾਨ ਨੇ ਵੀ ਇੰਨੀ ਛੇਤੀ ਆ ਉਮਰ ਹੋਵੇ, ਪਹਿਲਾਂ 82 ਸਾਲ ਦੇ ਤਾਂ ਕੋਈ ਪਾੜਦਾ ਹੀ ਨਹੀਂ ਵੀ ਉਹ ਰਾਜੀ ਨਹੀਂ। ਉਹਨੇ ਹੁਣ ਕਿਹਾ ਤੁਸੀਂ ਇੱਕਦਮ ਰਾਜੀ ਹੋ ਗਏ। 6ਵੇਂ ਦਿਨ ਮੈਂ ਤੁਰਨ ਲੱਗ ਗਿਆ, ਤੁਰਨਾ ਵੀ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ 3 ਕਿਲੋਮੀਟਰ ਘੁੰਮਣ ਲੱਗ ਗਿਆ ਹਸਪਤਾਲ 'ਚ। ਉਹ ਇੱਕ ਹੋਰ ਮੇਰੇ ਆ ਗਈ ਜਿਹਨੂੰ ਜਨੇਊ ਕਹਿੰਦੇ, ਉਹ ਛਾਤੀ 'ਤੇ ਨਿਕਲਿਆ, ਉਹ ਬਹੁਤ ਦੁਖੀ ਕਰਿਆ ਉਹਨੇ ਮੈਨੂੰ, ਅਜੇ ਵੀ ਹੈਗਾ। ਅਤੇ ਉਹਦੇ ਨਾਲ ਮੇਰੇ ਗਿਲਟੀ ਵੱਜ ਗਈ ਇੱਥੇ, ਉਹ ਵਧੀ ਹੋਈ ਡਾਕਟਰਾਂ ਦੇ। ਮੈਂ ਦਿਖਾਉਣ ਦਾ ਨਹੀਂ ਸੀ, ਮੈਂ ਕੀ ਦਿਖਾਉਣਾ। ਅਚਾਨਕ ਮੈਂ PGI ਗਿਆ, ਉੱਥੇ ਡਾਕਟਰ ਕਹਿੰਦੇ ਦੇਖ ਲਈਏ, ਉੱਥੇ ਮੈਨੂੰ ਕਹਿਣ ਲੱਗੇ ਵੀ ਤੁਹਾਨੂੰ ਤਾਂ ਕੈਂਸਰ ਹੋ ਗਿਆ। ਮੈਂ ਕਿਹਾ ਇਹ ਤਾਂ ਬੜਾ ਔਖਾ ਹੁੰਦਾ, ਚੱਲ ਕੋਈ ਨਹੀਂ ਮੈਨੂੰ ਕੋਈ ਦਵਾਈ ਦੇ ਦਿਓ ਜਿਹਦੇ ਨਾਲ ਪੇਨ ਨਾ ਹੋਵੇ। ਕਹਿੰਦੇ ਨਹੀਂ ਨਹੀਂ ਅਸੀਂ ਇਲਾਜ ਕਰਨਾ, ਪਰ ਤੁਹਾਡੇ ਕੇਸ ਲੈ ਜਾਣਗੇ, ਦਾੜੀ ਲੈ ਜੂ। ਮੈਂ ਕਿਹਾ ਫਿਰ ਨਹੀਂ ਮੈਂ ਕਰਾਉਂਦਾ ਇਲਾਜ। ਮੈਂ ਇੰਗਲੈਂਡ ਚਲਿਆ ਗਿਆ, ਉੱਥੇ ਡਾਕਟਰ ਮੈਨੂੰ ਮਿਲੇ, ਉਹ ਕਹਿੰਦੇ ਬਿਲਕੁਲ ਗਲਤ, ਤੁਹਾਨੂੰ ਕੁਛ ਨਹੀਂ ਹੋਇਆ, ਗਿਲਟੀ ਹੋਈ ਆ, ਲੋਅਰ ਗ੍ਰੇਡ ਦਾ ਲਿੰਫੋਮਾ ਹੋਇਆ ਹੈ। ਉਹ ਹੁੰਦਾ ਉਹਦੀ ਕਿਸਮ ਦਾ, ਪਰ ਉਹਨੂੰ ਅਸੀਂ ਲੱਕੀ ਕਹਿੰਦੇ ਹਾਂ, ਲੱਕੀ। ਇਹ ਕਹਿੰਦੇ ਗੋਲੀਆਂ 2 ਖਾਣੀਆਂ ਨੇ, ਤੁਸੀਂ ਇਹਦੇ ਨਾਲ ਹਟ ਜੂ। ਹੁਣ ਮੈਂ 14 ਦਿਨ ਦਵਾਈ ਖਾਂਦਾ, 14 ਦਿਨ ਨਹੀਂ ਖਾਂਦਾ। ਉਹ ਡਾਕਟਰ ਖੂਨ ਦੇਖਦੇ ਨੇ, ਖੂਨ ਦੇਖ ਕੇ ਉਹਦੇ 'ਚ ਦੇਖਦੇ ਨੇ ਵੀ ਅਸਰ ਨਾ ਕਰ ਜਾਵੇ। ਉਹ ਡਾਕਟਰ ਮੈਨੂੰ ਕਹਿੰਦਾ ਵੀ ਇਹਦਾ ਜੇ ਰਿਐਕਸ਼ਨ ਹੋ ਗਿਆ ਨਾ, ਉਹਦਾ ਇਲਾਜ ਨਹੀਂ ਸਾਡੇ ਕੋਲ। ਉਹਨੇ 15 ਦਿਨਾਂ ਬਾਅਦ ਇਹ ਕਹਿਤਾ, ਕਹਿੰਦਾ ਤੁਹਾਡੀ ਬੋਡੀ ਰਿਸਪੋਂਸ ਕਰ ਗਈ। ਮੈਂ ਕਿਹਾ ਮਹਾਰਾਜ ਨੇ ਨਾ ਮੈਨੂੰ ਬਿਲਕੁਲ ਫਿੱਟ ਫਾਰ ਕਰਨਾ, ਇੱਥੋਂ ਤੇ ਉੱਤੇ ਉੱਤੇ ਮੇਰਾ ਸਾਰਾ ਹੀ ਖਰਾਬ ਹੈ, ਦੰਦ ਖਰਾਬ ਹੈ। ਕਹਿੰਦੇ ਦੰਦ ਅਸੀਂ ਲਾ ਦਿੰਦੇ ਹਾਂ। ਮੈਂ ਕਿਹਾ ਹਾਲੇ ਨਾ ਛੇੜਿਓ। ਅੱਖ ਦਿਖਾਈ, ਉਹ ਕਹਿੰਦੇ ਅੱਖ ਤੁਹਾਡੀ 8 ਮਹੀਨੇ ਨਹੀਂ ਅਜੇ ਕਿਧਰੇ ਜਾਂਦੀ, ਆਹ ਠੀਕ ਹੈ। ਕੰਨ ਦਿਖਾਏ, ਕਹਿੰਦੇ ਤੁਹਾਡਾ ਪਰਦਾ ਕੋਈ ਨਹੀਂ ਪਟਿਆ। ਇੱਥੇ ਡਾਕਟਰਾਂ ਨੇ ਕਿਹਾ ਤੁਹਾਡੇ ਪਰਦੇ ਫਟ ਗਏ। ਉਹ ਕਹਿੰਦੇ ਸੋਜਿਸ਼ ਆਈ ਹੋਈ। ਉਹ ਕਹਿੰਦਾ ਦਿਨਾਂ 'ਚ ਹੀ ਨਵੇਂ ਨਰੋਏ ਹੋ ਜਾਊਂਗੇ, ਪਹਿਲਾਂ ਨਾਲੋਂ ਵੀ ਚੰਗੇ ਹੋ ਜਾਊਂਗੇ। ਮੈਂ ਫੀਲ ਕਰਿਆ ਵੀ ਮੈਂ ਪਹਿਲਾਂ ਨਾਲੋਂ ਚੰਗਾ। ਪਹਿਲਾਂ ਮੈਂ ਪ੍ਰਸ਼ਾਦਾ ਨਹੀਂ ਸੀ ਛਕਦਾ, ਲੰਗਰ ਦਾ ਕਦੇ ਵੀ ਨਹੀਂ ਛਕਿਆ, ਹੁਣ 2 ਦਿਨ ਹੋਏ ਮੈਂ ਪ੍ਰਸ਼ਾਦਾ ਛਕ ਲੈਣਾ। ਉਹ ਮੇਰੇ ਮਨ 'ਚ ਹੋਇਆ ਵੀ ਇਹ ਮਹਾਰਾਜ ਨੇ ਨਾ ਇਹ ਪੁਰਾਣੀ ਗੱਡੀ ਤੋਂ ਫਿਰ ਸੇਵਾ ਲੈਣੀ ਹੈ। ਸੋ ਮੈਂ ਉੱਥੋਂ ਹੀ ਇਹਨਾਂ ਨੂੰ ਟੈਲੀਫੋਨ ਕਰਿਆ ਵੀ ਧਮੋੜ ਦੇ ਦੀਵਾਨ ਹਰ ਹਾਲਤ 'ਚ ਲਾਉਣੇ ਨੇ, ਬੈਰਾਮ ਦੇ ਲਾਉਣੇ ਨੇ, ਮੈਂ ਕੋਸ਼ਿਸ਼ ਕਰੂੰਗਾ ਵੀ ਸੰਗਤ ਦੇ ਦਰਸ਼ਨ ਕਰ ਸਕਾਂ। ਇਹ ਤੁਹਾਡੀ ਮਿਹਰ ਹੋ ਗਈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫੇਰ ਆ ਕੇ ਦਰਸ਼ਨ ਕਰ ਲਏ। ਸੋ ਆਪਾਂ ਜੋ ਗੱਲਬਾਤ ਹੈ ਉਹਦੀ ਸਾਂਝ ਪਾਉਣੀ ਹੈ। ਮੇਰਾ ਇਹ ਸੁਭਾਅ ਹੈ ਕਿ ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਪੋਜ਼ਿਟਿਵ ਐਕਸ਼ਨ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਸੁਣਾ ਸੁਣਾ ਕੇ ਹਟਾ ਦਈਏ, ਸੁਣ ਲਿਆ ਤੁਸੀਂ ਚਲੇ ਗਏ ਘਰਾਂ ਨੂੰ। ਮੇਰੇ ਮਨ 'ਚ ਹੁੰਦਾ ਵੀ ਕੋਈ ਇਹਦਾ ਅਸਰ ਵੀ ਹੋਇਆ। ਇਹੀ ਹਾਲ ਸਾਡਾ ਹੈਗਾ ਸਮਾਗਮ ਦਾ। ਸਮਾਗਮ ਦੁਨੀਆ ਕਰਦੀ ਹੈ, ਪਰ ਸਾਡਾ ਜਿਹੜਾ ਸਮਾਗਮ ਕਰਨ ਦਾ ਤਰੀਕਾ ਹੈ ਉਹ ਇਹ ਹੈ ਕਿ ਅਸੀਂ ਵੱਡੇ ਵੱਡੇ ਵਿਦਵਾਨਾਂ ਨੂੰ, ਪ੍ਰੋਫੈਸਰਾਂ ਨੂੰ, ਸੰਤਾਂ ਨੂੰ ਲਿਖ ਕੇ ਦਿੰਦੇ ਹਾਂ ਵੀ ਤੁਸੀਂ ਇਹਦੇ 'ਤੇ ਬੋਲਣਾ, ਕਿਉਂ ਨਹੀਂ ਸਾ ਇੱਕੋ ਪਾਸੇ ਬੋਲੀ ਜਾਂਦੇ ਹੁੰਦੇ ਨੇ ਸਾਰੇ। ਉਹਦੇ ਬਾਅਦ ਅਸੀਂ ਦੇਖਦੇ ਹਾਂ ਵੀ ਇਹਦਾ ਰਿਐਕਸ਼ਨ ਕੀ ਹੋਇਆ, ਕਿੰਨਾ ਸੁਧਾਰ ਹੋਇਆ, ਕਿੰਨੀ ਤਰੱਕੀ ਹੋਈ। ਇੰਨਾ ਲੱਖਾਂ ਰੁਪਈਆ ਖਰਚਿਆ ਪਿਛਲੇ ਸਮਾਗਮ 'ਤੇ, ਸਾਡਾ 15 ਲੱਖ ਰੁਪਈਆ ਖਰਚ ਆਇਆ।
ਵੀ ਇਹ ਐਵੇਂ ਹੀ ਗਿਆ ਕਿ ਫਾਇਦਾ ਵੀ ਇਹਦਾ ਹੋਇਆ। ਸੋ ਉਹਦੇ ਵਾਸਤੇ ਮੈਂ ਜਿਹੜਾ ਮੇਰਾ ਜੀਵਨ ਹੈ ਨਾ ਉਹ ਐਂ ਨਹੀਂ ਹੈ, ਕਿਉਂ ਪੈਸੇ ਦੀ ਤਾਂ ਮੈਨੂੰ ਲੋੜ ਨਹੀਂ ਸੀ। ਮੈਨੂੰ ਮਹਾਰਾਜ ਨੇ ਫਾਰਮ ਦਿੱਤਾ, ਬੜਾ ਕਾਮਯਾਬ ਫਾਰਮ ਸੀ, ਮੈਂ ਪ੍ਰਸ਼ਾਦੇ ਛਕਦਾ ਆਪਣੇ, ਅਤੇ ਹੁਣ ਜਿਹੜੇ ਉਹਦੇ ਰਹਿੰਦੇ ਖੁੰਹਦੇ ਪੈਸੇ ਸੀ ਮੈਂ ਫੇਰ ਧਮੋਟ 'ਚ ਲਾ ਤੇ। ਉਹਦਾ ਮੈਨੂੰ ਕੋਈ ਹੈ ਨਹੀਂ ਗਰਜ, ਪੈਸਾ ਹੋਵੇ ਨਾ ਹੋਵੇ, ਪਰ ਜਿਹੜੀਆਂ ਜ਼ਿੰਮੇਵਾਰੀਆਂ ਆ ਪੈਂਦੀਆਂ ਵੀ ਆਹ ਤੈਅ ਕਰਨਾ ਹੈ ਤੈਅ ਕਰਨਾ। ਹੁਣ ਇੱਥੇ ਡਿਸਪੈਂਸਰੀ ਬਣਾਉਣੀ ਸੀ, ਇੱਕ ਜ਼ਿੰਮੇਵਾਰੀ ਸੀ ਮੇਰੇ ਉੱਤੇ, ਮੋਰਲ ਜ਼ਿੰਮੇਵਾਰੀ ਸੀ, ਉਹਦੇ ਵਾਸਤੇ ਪੈਸੇ ਦੀ ਵੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਮੁਸਲਮਾਨਾਂ ਨੇ ਕਿਹਾ ਵੀ ਇਹ ਸਾਨੂੰ ਸਾਡਾ ਕੋਈ ਪ੍ਰਬੰਧ ਕਰੋ, ਚਾਰ ਮਾਜਰੇ ਸੀਗੇ। ਮੈਂ ਕੀ ਚਾਹੁੰਦੇ ਹੋ? ਕਹਿੰਦੇ ਕੋਈ ਨਮਾਜ਼ ਪੜ੍ਹਨ ਦੀ ਜਗ੍ਹਾ ਬਣਾ ਦਿਉ। ਮੈਂ ਤੁਹਾਡੀ ਮਸਜਿਦ ਬਣਾ ਦਿੰਦਾ। ਉਹ ਲੱਖ ਡੇਢ ਲੱਖ ਰੁਪਈਆ ਲਾ ਕੇ ਉਹਨਾਂ ਦੀ ਬੜੀ ਸੋਹਣੀ ਮਸਜਿਦ ਬਣ ਗਈ। ਮੈਂ ਕਿਹਾ ਪਰ ਮੁੱਲਾ ਨਾ ਕੋਈ ਸ਼ੈਤਾਨ ਬੁਲਾਇਓ, ਰੱਬ ਦਾ ਭਜਨ ਕਰੋ ਟਿਕ ਕੇ। ਉਹ ਵਿਚਾਰੇ ਸੰਗਤ 'ਚ ਆਉਂਦੇ ਨੇ, ਜਦ ਤੁਸੀਂ ਜਾਂਦੇ ਹੋ ਸਮਾਗਮ 'ਤੇ ਚਾਹ ਪਾਣੀ ਵੀ ਪਿਲਾਉਂਦੇ ਨੇ। ਸੋ ਇਸ ਤਰ੍ਹਾਂ ਦਾ ਅਪਰੋਚ ਹੋਣ ਕਰਕੇ ਮੇਰੀ ਪੋਜ਼ੀਟਿਵ ਅਪਰੋਚ ਹੈ। ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਸੁਣ ਕੇ ਮੁੜ ਜਾਓ, ਨਾ ਮੈਂ ਕੋਈ ਗੱਲ ਗੁਪਤ ਰੱਖਣੀ ਚਾਹੁੰਦਾ, ਕਿਉਂਕਿ ਤੁਹਾਡਾ ਔਰ ਮੇਰਾ ਸੰਪਰਕ ਨਹੀਂ ਹੋਣਾ ਵਾਰ ਵਾਰ। ਇਸ ਗੱਲ ਨੂੰ ਤੁਸੀਂ ਰਿਐਲਾਈਜ਼ ਕਰੋਗੇ, ਅੱਜ ਆਪਾਂ ਬੈਠੇ ਹਾਂ, ਮੁੜ ਕੇ ਨਹੀਂ ਹੋਣਾ ਹੈਗਾ। ਮੈਂ ਗੱਲਾਂ ਤਾਂ ਕਰ ਜੂੰ ਮੋਹਮਲ, ਤੁਸੀਂ ਸੰਤ ਭਾਲਦੇ ਫਿਰੋਗੇ ਵੀ ਸੰਤ ਲੱਭੇ ਤਾਂ ਅਸੀਂ ਫਲਾਣੀ ਚੀਜ਼ ਜਾਣੀਏ ਫਲਾਣੀ ਚੀਜ਼ ਜਾਣੀਏ। ਮੈਂ ਕਿਹਾ ਨਹੀਂ, ਜਿੰਨਾ ਕੁਛ ਮੈਨੂੰ ਆਉਂਦਾ ਮੈਂ ਗੱਲ ਕਰਦਾ ਨਾ, ਇੱਦੋਂ ਕਹਾਂ ਕਿਸੇ ਹੋਰ ਨੂੰ ਟੋਲ ਲਿਓ। ਸੋ ਆਪਣਾ ਜੋ ਸਤਸੰਗ ਦਾ ਤਰੀਕਾ ਹੈ ਉਹ ਇਹ ਹੈ ਕਿ ਤੁਸੀਂ ਜਿੰਨੇ ਬੈਠੇ ਹੋ, ਪਹਿਲਾਂ ਤਾਂ ਮੇਰਾ ਵਿਸ਼ਵਾਸ ਹੈ ਵੀ ਇੱਥੇ ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹਨੂੰ ਮੈਂ ਕਹਾਂ ਵੀ ਅਧਿਕਾਰੀ ਨਹੀਂ ਹੈ। ਇਹ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ। ਜਿੰਨੇ ਤੁਸੀਂ ਬੈਠੇ ਹੋ ਇੱਥੋਂ ਲੈ ਕੇ ਅਖੀਰ ਤੱਕ, ਬੀਬੀਆਂ ਬੈਠੀਆਂ ਉੱਥੇ ਤੱਕ, ਇਹ ਗੱਲ ਵੱਖਰੀ ਹੈ। ਕਿਸੇ 'ਚ ਲਾਈਟ ਬਹੁਤੀ ਹੈ, ਕਿਸੇ 'ਚ ਘੱਟ ਹੈ, ਲੇਕਿਨ ਇੱਥੇ ਆਏ ਕਿਉਂ? ਇਸੇ ਕਰਕੇ ਆਏ ਜੋ ਤੁਹਾਡੇ ਮਨ ਦੇ ਅੰਦਰ ਗੁਰੂ ਦਾ ਪਿਆਰ ਸੀ, ਕੁਛ ਸਿੱਖਣਾ ਚਾਹੁੰਦੇ ਸੀ। ਸੋ ਉਹਦੀ ਗੱਲ ਮੈਂ ਕੱਲ੍ਹ ਵੀ ਕੀਤੀ ਸੀ, ਹੁਣ ਵੀ ਇਹੀ ਬੇਨਤੀ ਕਰਦਾ ਕਿ ਸੰਤ ਜਸਵੰਤ ਸਿੰਘ ਜੀ, ਇਹਨਾਂ ਨੂੰ ਮੈਂ ਦੋ ਜਨਮ ਤੋਂ ਜਾਣਦਾ, ਇਹਨਾਂ ਨੇ ਤਾਂ ਨਹੀਂ ਦੱਸਣਾ, ਮੈਂ ਦੱਸ ਦਿੰਦਾ। ਜਦ ਮਹਾਰਾਜ ਜੀ ਟੱਕੀ ਸਾਹਿਬ ਆਏ ਸੀ, ਇਹ ਦੋ ਸੀਗੇ, ਇੱਕੋ ਸ਼੍ਰੀਮਾਨ, ਉਹਨਾਂ ਦਾ ਨਾਂ ਕੀ ਸੀ? ਰਣਜੋਤ ਸਿੰਘ। ਹਾਂ, ਇੱਕ ਇਹ ਸੀ, ਇਹ ਦੋਵੇਂ ਇੱਕ ਕਮਰੇ 'ਚ ਰਹਿੰਦੇ ਸੀ। ਉਹਨਾਂ ਦਿਨਾਂ 'ਚ ਭਜਨ ਬਹੁਤ ਹੁੰਦਾ ਸੀ, ਰਾਣੇ ਸਾਹਿਬ ਕੋਈ ਮਾੜਾ ਤੀੜਾ ਬੰਦਾ ਰਹਿ ਨਹੀਂ ਸੀ ਸਕਦਾ। ਤੋ ਮਹਾਰਾਜ ਜੀ ਆਪ ਨਹੀਂ ਸੀ ਆਰਾਮ ਕਰਦੇ, ਕਿਸੇ ਨੂੰ ਕਰ ਨਹੀਂ ਸੀ ਦਿੰਦਾ। ਕਹਿੰਦੇ ਆਏ ਕਿਉਂ? ਖਾਣਾ ਪੀਣਾ ਵੀ ਬਹੁਤ ਘੱਟ, ਕੱਪੜੇ ਲੀੜੇ ਵੀ, ਇੱਕ ਕੁੜਤਾ ਹੁੰਦਾ, ਇੱਕ ਆਸਣ ਹੁੰਦਾ, ਹੋਰ ਕੋਈ ਬਹੁਤਾ ਨਹੀਂ ਸੀ, ਐਡਾ ਜੰਜਾਲ ਨਹੀਂ ਸੀ ਵੀ ਕੋਟ ਵੀ ਹੈ, ਸਵੈਟਰ ਵੀ ਨੇ, ਕੁਛ ਨਹੀਂ ਦਿੰਦਾ, ਪਾਲਾ ਵੀ ਨਹੀਂ ਸੀ ਲੱਗਦਾ। ਇਹ ਦੋਵੇਂ ਜਣੇ ਉਹ ਭਗਤੀ ਕਰਦੇ ਸੀ, ਜਿਵੇਂ ਸਿੰਘ ਕਰਦੇ ਸੀ ਨਾਲੇ ਇਹ ਕਰਦੇ ਸੀ। ਇੱਕ ਦਿਨ ਬਹੁਤ ਸਰਦੀ ਸੀ, ਇਹਨਾਂ ਨੇ ਇੱਕ ਅੰਗੀਠੀ ਅੰਦਰ ਰੱਖ ਲਈ ਕੋਲਿਆਂ ਵਾਲੀ। ਉਹ ਜਿਸ ਵਕਤ ਉਹ ਜਲਾਈ, ਇਹਨਾਂ ਨੂੰ ਆ ਗਈ ਨੀਂਦ, ਉਹਨਾਂ ਨੇ ਗੈਸ ਬਣਾ ਕੇ ਉਹ ਇਹਨਾਂ ਨੂੰ ਚੜ੍ਹ ਗਈ, ਤਾਂ ਸਵੇਰ ਨੂੰ ਜਦ ਦਰਵਾਜ਼ੇ ਖੋਲ੍ਹੇ ਤਾਂ ਇਹ ਦੋਵੇਂ ਚੜ੍ਹਾਈ ਕਰੇ। ਇਹਨਾਂ ਦਾ ਜਦ ਸੰਸਕਾਰ ਕਰਿਆ, ਮਹਾਰਾਜ ਜੀ ਨੇ ਜਿਹੜੇ ਸ਼ਬਦ ਪੜ੍ਹੇ ਨਾ ਮੇਰੇ ਹੁਣ ਤਾਂ ਯਾਦ ਨੇ। ਉਹਨਾਂ ਨੇ ਸ਼ਬਦ ਪੜ੍ਹਿਆ, ਨਾ ਕਿਸੇ ਦੇ ਘਰ ਬਾਰ ਕਿਸੇ ਦੀ ਨਾ ਇਹ ਦੁਨੀਆ, ਦੂਸਰਾ ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਾ ਸਦਾ ਰਹਿਣੀਆਂ। ਮਹਾਰਾਜ ਨੇ ਆਪ ਸ਼ਬਦ ਪੜ੍ਹੇ, ਆਪ ਗਏ ਸੰਸਕਾਰ ਕਰਨ ਵਾਸਤੇ, ਇਹ ਚਲੇ ਗਏ ਕਿਉਂਕਿ ਯੋਗ ਭ੍ਰਿਸ਼ਟ ਹੋ ਗਏ ਸੀ। ਇਹਨੂੰ ਯੋਗ ਭ੍ਰਿਸ਼ਟ ਕਹਿੰਦੇ ਨੇ, ਯੋਗ ਦੇ ਵਿੱਚ ਆਏ ਤਾਂ ਸੀ ਪਰ ਵਿਚਾਲੇ ਰਹਿ ਗਏ, ਪੂਰਾ ਨਾ ਕਰ ਸਕੇ। ਹੁਣ ਵਾਹਿਗੁਰੂ ਦੇ ਘਰ ਵਿੱਚ ਇਹ ਇੰਤਜ਼ਾਮ ਹੈ ਕਿ ਜੋ ਬੰਦਗੀ ਕਰਦਾ ਹੋਇਆ ਹੁਣ ਤੁਸੀਂ ਬੈਠੇ ਹੋ, ਤੁਹਾਡੇ ਮਨ 'ਚ ਹੋਵੇ ਵੀ ਅਸੀਂ ਭਜਨ ਕਰਨਾ, ਬੀਬੀਆਂ ਦੇ ਮਨ 'ਚ ਹੋਵੇ ਭਜਨ ਕਰਨਾ, ਉਹ ਜੇ ਭਜਨ ਕਰਦੇ ਕਰਦੇ ਸਿਰੇ ਨਾ ਪਹੁੰਚੇ, ਉੱਥੇ ਐਸਾ ਕੰਪਿਊਟਰਾਈਜ਼ਡ ਇੰਤਜ਼ਾਮ ਹੈ ਕਿ ਤੁਹਾਨੂੰ ਦੁਬਾਰਾ ਉਹ ਚੰਗੇ ਘਰ 'ਚ ਭੇਜ ਦੇਣਗੇ ਜਿੱਥੇ ਤੁਸੀਂ ਨਾਮ ਜਪ ਸਕੋ। ਉਹ ਪਿਛਲਾ ਖਰਚਿਆ, ਮਹਾਰਾਜ ਕਹਿੰਦੇ ਨੇ ਕਿਸੇ ਕਾ ਘਰ ਲਿਆ ਇੱਕ ਤਿਲ ਨਾ ਗਵਾਈ, ਵਾਹਿਗੁਰੂ ਨਾ ਇੱਕ ਤਿਲ ਜਿੰਨਾ ਨਹੀਂ ਕਿਸੇ ਦਾ ਘਰ ਗਵਾਉਂਦਾ। ਜਿਹੜਾ ਕੁਛ ਤੁਸੀਂ ਤੋਸਾ ਬੰਨ ਕੇ ਲੈ ਜਾਂਦੇ ਹੋ, ਬਾਕੀ ਤਾਂ ਜਿਹੜੇ ਹੈ ਨਾ ਇੱਕ ਧਿਆਨ ਦਿਓ, ਜਿਹੜੇ ਤਾਂ ਕਰਮ ਧਰਮ ਕਰਦੇ ਹੋ, ਪੁੰਨ ਕੀਤੇ ਦਾਨ ਕੀਤੇ ਮੈਂ ਕੀਤਾ, ਉਹ ਤਾਂ ਲੁੱਟ ਲੈਂਦੇ ਨੇ ਜਮਦੂਤ, ਟੋਲ ਟੈਕਸ ਹੁੰਦਾ,
ਉਹ 21 ਪੁਰੀਆਂ ਆਉਂਦੀਆਂ ਨੇ ਰਾਹ 'ਚ ਪੁੰਨਦਾਨ ਵਾਲਿਆਂ ਵਾਸਤੇ। ਉਹ ਜਜ਼ਬਾ ਹਨੇਰਾ ਆਉਂਦਾ ਜੈ ਪੈਂਡੇ ਮਹਾਂਤ ਗਵਾਰਾ, ਉਹ ਕਹਿੰਦਾ ਮੇਰੇ 'ਤੇ ਤੁਰਿਆ ਨਹੀਂ ਜਾਂਦਾ, ਮੈਂ ਕੀ ਕਰਾਂ। ਮਾੜੇ ਬੰਦਿਆਂ ਨੂੰ ਤਾਂ ਉਹ ਧੂੰਦੇ ਨੇ ਸੰਗਲ ਪਾ ਕੇ, ਗਲ ਸੰਗਲ ਘੱਤ ਚਲਾਇਆ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ ਰਸਤਾ, ਉਹਨਾਂ ਨੂੰ ਵੀ ਉਹੀ ਆਉਂਦਾ। ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਦਾ ਰਸਤਾ ਹੋਰ, ਇਹ ਦੁਨੀਆਦਾਰਾਂ ਦਾ ਰਸਤਾ ਹੋਰ। ਉਹਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਬਹੁਤ ਹਨੇਰਾ। ਉਹ ਕਹਿੰਦੇ ਪੁੰਨ ਦੇ ਦੇ, ਟੈਕਸ ਦੇ ਦੇ, ਦੱਸ। ਉਹ ਕਹਿੰਦਾ ਮੈਂ ਫਲਾਣੇ ਥਾਂ ਇੰਨਾ ਦਾਨ ਕਰਿਆ ਸੀ, ਫਲਾਣੇ ਥਾਂ ਮੈਂ ਸੇਵਾ ਕਰੀ, ਉਹਦਾ ਮੁੱਲ ਪਾ ਲਿਆ, ਉਹਨਾਂ ਨੰਘਾਤਾ, ਜੇ ਸਾਰਾ ਨਹੀਂ ਨੰਘਿਆ ਕਹਿੰਦੇ ਹੋਰ ਦੇ, ਫਿਰ ਹੋਰ ਦਿੰਦਾ ਮਹਾਰਾਜ। ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟ, ਉਹਨੂੰ ਜਮਦੂਤ ਰਾਹ 'ਚ ਲੁੱਟ ਲੈਂਦੇ। ਜੇ ਪੱਲੇ ਨਾਮ ਹੋਵੇ ਨਾ, ਸਤਸੰਗ ਦਾ ਫਲ ਹੋਵੇ, ਤੁਸੀਂ ਬੈਠੇ ਹੋ, ਯਕੀਨ ਕਰਕੇ ਤੁਸੀਂ ਜਾਣੇ ਹੋ, ਮੈਂ ਕੋਈ ਅਥਕਥਨੀ ਨਹੀਂ ਕਹਿੰਦਾ, ਬਿਲਕੁਲ ਗੁਰੂ ਮਹਾਰਾਜ ਦੀ ਬਾਤ ਕਹਿੰਦਾ। ਮਹਾਰਾਜ ਕਹਿੰਦੇ ਜਿਹੜਾ ਇੱਥੇ ਚਿੱਤ ਬਿਰਤੀ ਇਕਾਗਰ ਕਰਕੇ ਹਰੀ ਦਾ ਜਸ ਸੁਣਦਾ ਅਤੇ ਬਾਣੀ ਦੇ ਵਿੱਚ ਬੋਲਦਾ, ਕਹਿੰਦੇ ਉਹਨੂੰ ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਤੁਹਾਡੇ ਪੱਲਿਆਂ 'ਤੇ ਬੰਨਿਆ ਗਿਆ। ਲੈ ਮੁਕਾਲਵੇ ਜਮਦੂਤ ਕਿਵੇਂ ਮੁਕਾਊਗਾ, ਹੈ ਕੋਈ ਤਰੀਕਾ? ਸਾਧਨ ਛੋਟਾ ਜਿਹਾ ਕਰਿਆ, ਜਿਵੇਂ ਹੀਰਿਆਂ ਦਾ ਵਪਾਰ ਕਰਿਆ, ਇੱਕ ਲੱਕੜਾਂ ਦਾ ਕਰਦਾ। ਲੱਕੜਾਂ ਵਾਲਾ ਅਤੇ ਤੂੜੀ ਵਾਲਾ ਕਦੇ ਅਮੀਰ ਨਹੀਂ ਹੁੰਦਾ, ਹੀਰਿਆਂ ਵਾਲਾ ਦੋ ਚਾਰ ਹੀਰੇ ਵਿਕ ਜਾਣ ਕਿਤੇ ਦੀ ਕਿਤੇ ਜਾਂਦਾ। ਇਹ ਤੁਸੀਂ ਹੀਰਿਆਂ ਦਾ ਵਪਾਰ ਕਰ ਰਹੇ ਹੋ ਇੱਥੇ ਬੈਠੇ, ਉਹ ਇੰਨਾ ਧਨ ਤੁਹਾਡੇ ਪੱਲੇ ਇਕੱਠਾ ਹੋ ਜਾਣਾ। ਪਹਿਲਾਂ ਤਾਂ ਜਮਦੂਤ ਨੇ ਨੇੜੇ ਹੀ ਨਹੀਂ ਆਉਣਾ, ਜੇ ਕੋਈ ਆਇਆ ਨਾ ਮੁੜ ਕੇ ਤਾਂ ਮੇਰਾ ਸਰੀਰ ਆ, ਮੈਨੂੰ ਦੱਸ ਦਿਓ ਜੀ ਮੈਨਾਂ ਮੇਰਾ ਵਾਹ ਪਿਆ ਜਮਦੂਤਾਂ ਨਾਲ, ਬਿਲਕੁਲ ਨਹੀਂ ਪੈਂਦਾ ਮੈਂ। ਇਹ ਜਿਹੜਾ ਡਰ ਹੈ ਨਾ, ਇਹ ਮਨਮੁਖਾਂ ਵਾਸਤੇ ਹੈ। ਜਿਹੜੇ ਗੁਰੂ ਦੇ ਦਰਬਾਰ 'ਚ ਸ਼ਰਧਾ ਨਾਲ ਆਉਂਦੇ ਨੇ ਉਹਨਾਂ ਵਾਸਤੇ ਇਹ ਗੱਲਾਂ ਨਹੀਂ ਹੈਗੀਆਂ, ਉਹਨਾਂ ਦਾ ਤਾਂ ਉੱਥੇ ਆਦਰ ਹੁੰਦਾ। ਸੋ ਉਹ ਜਿਹੜਾ ਅਸੀਂ ਲੈ ਜਾਵਾਂਗੇ ਹੁਣ ਧਨ ਖੱਟ ਕੇ, ਉਹ ਕਿੰਨਾ ਧਨ ਹੋਏਗਾ? ਉਹ ਨਾ ਤਾਂ ਅਸੀਂ ਉਹ ਰਸਤੇ ਬਾਰੇ ਜਾਣਦੇ ਹਾਂ, ਨਾ ਉੱਥੇ ਕੋਈ ਸਾਡੀ ਪਛਾਣ ਹੈ। ਮਹਾਰਾਜ ਕਹਿੰਦੇ ਜੇ ਮਰ ਕੇ ਜਾ ਤਾਂ ਅਕੇਲਾ ਇਕੱਲੇ ਨੇ ਜਾਣਾ, ਉੱਥੇ ਫਿਰ ਹੋਣਾ ਕੀ ਹੈ? ਕਹਿੰਦੇ ਭੁੱਖ ਲੱਗਣੀ ਹੈ, ਜੇ ਤ੍ਰਿਖਾ ਮਨ ਤੁਜੇ ਕਰਕੇ, ਉੱਥੇ ਬਹੁਤ ਭੁੱਖ ਲੱਗਣੀ ਹੈ, ਉੱਥੇ ਧੁੱਪ ਲੱਗਣੀ ਹੈ, ਫਿਰ ਹੋਏਗਾ ਕੀ? ਕਹਿੰਦੇ ਆ ਜਿਹੜਾ ਤੁਸੀਂ ਪੁੰਨ ਖੱਟ ਰਹੇ ਹੋ ਨਾ, ਜੇ ਤਾਂ ਗੁਰੂ ਦੇ ਬਣੇ ਹੋਏ ਹੋ, ਗੁਰੂ ਧਾਰਨ ਕਰ ਲਿਆ ਗੁਰੂ ਨਾਨਕ ਸਾਹਿਬ ਨੂੰ। ਮੈਂ ਇੱਕ ਬਾਤ ਕਹਿੰਦਾ, ਗੁਰੂ ਜਦ ਤੋਂ ਸੰਸਾਰ ਰਚਿਆ ਜਦ ਤੋਂ ਚੱਲਿਆ ਹੁੰਦਾ, ਉਹਨੂੰ ਅੰਗਰੇਜ਼ੀ 'ਚ ਮਾਸਟਰ ਕਹਿੰਦੇ ਨੇ, ਉਰਦੂ 'ਚ ਉਸਤਾਦ ਕਹਿੰਦੇ ਨੇ, ਅਧਿਆਪਕ ਕਹਿੰਦੇ ਨੇ, ਬਹੁਤ ਕੁਛ ਨਾ ਉਹਨੇ। ਲੇਕਿਨ ਇੱਕ ਤਾਂ ਗੁਰੂ ਨੇ, ਇੱਕ ਹੈ ਗੁਰੂ ਪਰਮੇਸ਼ਰ ਹੈ, ਇਹਦਾ ਧਿਆਨ ਰੱਖਿਆ ਕਰੋ, ਐਵੇਂ ਨਾ ਲੋਕਾਂ ਨਾਲ ਲੜਿਆ ਕਰੋ। ਬਾਈ ਜੀ ਗੁਰੂ ਬਣ ਗਿਆ ਠੀਕ ਹੈ, ਲੇਕਿਨ ਗੁਰੂ ਪਰਮੇਸ਼ਰ ਤਾਂ ਗੁਰੂ ਨਾਨਕ ਸਾਹਿਬ ਨੇ, ਆਪ ਨੇ ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਸਾਡਾ ਕਿਹਦੇ ਨਾਲ ਰੌਲਾ? ਅਸੀਂ ਤਾਂ ਗੁਰੂ ਪਰਮੇਸ਼ਰ ਦੇ ਲੜ ਲੱਗੇ ਹੋਏ ਹਾਂ। ਉਹ ਜਿਹਨੇ ਗੁਰੂ ਪਰਮੇਸ਼ਰ ਨੂੰ ਗੁਰੂ ਧਾਰਨ ਕਰ ਲਿਆ, ਜਿਹੜਾ ਹੁਣੇ ਹੀ ਇੱਥੇ ਦੱਸਿਆ ਸੀ ਮੈਂ ਜਦ ਆ ਰਿਹਾ ਸੀ, ਬਈ ਆ ਕੇ ਗੁਰੂ ਦਾ ਬਣ ਗਿਆ, ਆਪਣਾ ਆਪ ਇਹਨੂੰ ਸੌਂਪ ਦਿੱਤਾ ਵੀ ਪਾਤਸ਼ਾਹ ਅੱਜ ਤੋਂ ਬਾਅਦ ਮੇਰਾ, ਮੈਂ ਤੇਰਾ ਹੋ ਗਿਆ, ਮੈਂ ਤੇਰੇ ਦਰ 'ਤੇ ਆਇਆ। ਗੁਰੂ ਨੇ ਕਰ ਲਿਆ ਐਕਸੈਪਟ, ਉਹਨੇ ਪੰਜ ਪਿਆਰਿਆਂ ਦੇ ਰਾਹੀਂ ਸ਼ਬਦ ਦੇ ਦਿੱਤਾ, ਗੁਰ ਸ਼ਬਦ, ਨਾਮ ਦੇ, ਅਸੀਂ ਨਾਮ ਕਹਿੰਦੇ ਹਾਂ, ਨਾਮ ਦੇ ਦਿੱਤਾ, ਕਿਉਂਕਿ ਨਾਮ ਦਾ ਸਾਨੂੰ ਨਾਂ ਪਤਾ ਹੋਣ ਕਰਕੇ ਨਾ, ਹਰ ਗੱਲ 'ਤੇ ਅਸੀਂ ਕਹਾਂਗੇ ਜੀ ਫਲਾਣੇ ਤੋਂ ਤਾਂ ਮੈਂ ਨਾਮ ਲਿਆ, ਫਲਾਣੇ ਤੋਂ ਤੂੰ ਨਾਮ ਲਿਆ। ਉਹ ਨਾਮ ਮਿਲਦਾ ਨਹੀਂ ਹੁੰਦਾ ਕਿਤੋਂ ਵੀ, ਨਾਮ ਤੁਹਾਡੇ ਅੰਦਰ ਪਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਂ। ਉਹ ਜਿੱਥੇ ਰਹਿੰਦਾ ਉੱਥੇ ਹਾਲਤ ਕੀ ਹੈ? ਕਹਿੰਦੇ ਸੁੰਨ ਸਮਾਧ, ਉੱਥੇ ਫੁਰਨਾ ਨਹੀਂ ਕੋਈ, ਅਨਹਤ ਹੈ ਨਾਦ। ਕੱਲ੍ਹ ਮੈਂ ਅਨਹਤ ਦੀ ਗੱਲ ਕਰੀ ਸੀ, ਉਹ ਨਾਦ ਉੱਥੇ ਵੱਜਦੇ ਹੈ ਅਤੇ ਇੰਨਾ ਆਨੰਦ ਹੈ ਕਹਿਣ ਨਾ ਜਾਈ ਚੱਜ ਸਮਾਧ। ਹੁਣ ਫਿਰ ਤੁਸੀਂ ਕਹਿੰਦੇ ਹੋ ਜੀ ਨਾਮ ਲਓ ਨਾਮ ਲਓ, ਪੰਜ ਪਿਆਰਿਆਂ ਨੇ ਨਾਮ ਦਿੱਤਾ, ਸਾਡੇ ਸਿੰਘ ਵੀ ਕਹੇ ਜਾਂਦੇ। ਉਹ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਹੈ, ਜੇ ਭਾਈ ਗੁਰਦਾਸ ਲਿਖਦੇ ਵਾਹਿਗੁਰੂ ਨਾਮ ਹੈ, ਇਹ ਤਾਂ ਸਾਰਿਆਂ ਦੇ ਕੋਲ ਆ ਗਿਆ, ਨਾਮ ਤਾਂ ਪ੍ਰਾਪਤ ਹੁੰਦਾ ਹੈ। ਇਹ ਸਰੀਰ ਦੇ ਵਿੱਚ ਹੈ ਜਿੱਥੋਂ ਅਸੀਂ ਨਾਮ ਨੂੰ ਪ੍ਰਾਪਤ ਕਰਨਾ, ਨਾਮ ਅਤੇ ਨਾਮੀ ਵਾਹਿਗੁਰੂ ਇੱਕੋ ਹੀ ਨੇ। ਸੋ ਇਸ ਕਰਕੇ ਜਿਹਨੇ ਗੁਰੂ ਦਾ ਸ਼ਬਦ ਲੈ ਲਿਆ ਨਾ ਆ ਕੇ ਗੁਰੂ ਗ੍ਰੰਥ ਸਾਹਿਬ ਤੋਂ,
दुआ चाहे कुछ कहे जाए, मेरा तो निश्चय है भी यह तो आप अकाल पुरख ने शब्द रूप दे विच भुलेखा ना खाओ भाई। असं गुरु साहब के रुमाले वधिया चाढ़ दिए पाठ करिए। मैं थोनों बच्चे एक गल सुना। एक बड़ा राजा सी, उहदे दो पुत्र सी, दो कम सीगे बहुत बड़े, दोहां नूं उहने दित्ता ते जिहड़ा उहदा डिटेल सी लिखी होई भी ऐं करना ऐ करना ऐ करना ऐ, उह एड्डी बड़ी किताब सी, दोहां नूं देती कहिंदे लो पुत्रो हुण जा के कम करो। ਉਹ ਇੱਕ ਪੁੱਤਰ ਗਿਆ, ਉਹਨੇ ਟੇਬਲ 'ਤੇ ਰੱਖ ਲਿਆ, ਰੋਜ਼ ਦੇਖਦਾ, ਟਿੱਕ ਮਾਰ ਕਰੀ ਜਾਂਦਾ ਵੀ ਆਹ ਵੀ ਕੰਮ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਦੂਸਰੇ ਨੇ ਕੀ ਕਰਿਆ ਵੀ ਮੇਰੇ ਪਿਤਾ ਨੇ ਦਿੱਤੀ ਆ। ਉਹਨੇ ਰੁਮਾਲਿਆਂ 'ਚ ਵੇੜ ਲਿਆ, ਬਹੁਤ ਵਧੀਆ ਸ਼ੀਸ਼ੇ ਦੀ ਅਲਮਾਰੀ ਬਣਾਈ, ਉਹਦੇ 'ਚ ਰੱਖ ਲਿਆ, ਧੂਫ ਦਿੰਦਾ, ਸੰਖ ਵਜਾਉਂਦਾ, ਟੱਲੀਆਂ ਵਜਾਉਂਦਾ, ਮੱਥੇ ਟੇਕਦਾ। ਸਾਲ ਬਾਅਦ ਰਾਜਾ ਆਇਆ, ਉਹਨੇ ਕਿਹਾ ਵੀ ਕੰਮ ਵੱਡੇ ਪੁੱਤਰ ਨੇ ਦਿਖਾਤਾ ਵੀ ਆਹ ਮਹਾਰਾਜ ਸਾਰਾ ਕੰਮ ਹੋ ਗਿਆ, ਇਹਨੂੰ ਵਿਚਾਰ ਕੇ ਲਿਓ, ਕਿਉਂਕਿ ਗੁਰਸਿੱਖੀ ਜਿਹੜੀ ਆ ਅੰਧ ਵਿਸ਼ਵਾਸ ਨਹੀਂ ਹੈ, ਇਹ ਵਿਚਾਰ ਦਾ ਹੈਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰ ਤੋਂ ਬਿਨਾਂ ਨਹੀਂ ਅੰਧ ਵਿਸ਼ਵਾਸ ਸਿੱਖੀ 'ਚ ਨਹੀਂ ਹੈਗਾ। ਉਹ ਨਹੀਂ ਚਲਾਉਂਦਾ, ਗਿਆਨ ਦਾ ਮਾਰਗ ਹੈ। ਅਤੇ ਉਹ ਜਿਸ ਵਾਰ ਦੂਏ ਕੋਲ ਗਿਆ, ਉਹ ਲੈ ਗਿਆ ਉੱਥੇ ਜਾ ਕੇ ਖੂਹ ਸੁਗੰਧੀਆਂ ਦਾ ਆ ਰਿਹਾ, ਫੁੱਲ ਪਏ ਨੇ, ਜਾ ਕੇ ਉਹ ਪੁਸਤਕ ਲਿਆਇਆ, ਖੋਲ੍ਹ ਕੇ ਦਿਖਾਈ। ਉਹ ਕਹਿੰਦਾ ਮੈਂ ਤਾਂ ਇੱਥੇ ਕੰਮ ਪੁੱਛਦਾ ਕੰਮ। ਕਹਿੰਦਾ ਉਹ ਤਾਂ ਮੈਂ ਕਰਿਆ ਨਹੀਂ, ਇਹਦੇ ਤਾਂ ਮੇਰੇ ਹੁਣ ਜਵਾਨੀ ਯਾਦ ਹੋ ਗਿਆ, ਮੈਂ ਸਾਰੇ ਪੱਤਰੇ ਸੁਣਾ ਦਿੰਦਾ ਤੁਹਾਨੂੰ। ਇਹ ਗੱਲ ਤਾਂ ਕਿਸੇ ਨੇ ਕਰੀ ਆ ਆਮ, ਪਰ ਜਦ ਅਸੀਂ ਵਿਚਾਰ ਕਰਦੇ ਹਾਂ ਸਾਡੇ 'ਤੇ ਲਾਗੂ ਹੋ ਜਾਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਨਹੀਂ ਹੈ ਵੀ ਜਿਵੇਂ ਅਸੀਂ ਕਰਦੇ ਹਾਂ, ਇਹ ਹੈ ਵਿਚਾਰ ਵਾਲੀ ਚੀਜ਼। ਇੱਥੇ ਮਨਸੂਰੀ ਮੀਟਿੰਗ ਹੋਈ ਸੰਤਾਂ ਦੀ, ਮੈਂ ਵੀ ਚਲਿਆ ਗਿਆ ਉਹਦੇ 'ਚ। ਉੱਥੇ ਇਹ ਹੋ ਗਿਆ ਵੀ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤਾਪੇ ਨਹੀਂ ਬੈਠ ਸਕਦਾ, ਜਿਹਦੀ ਦਾੜ੍ਹੀ ਚੜ੍ਹੀ ਹੋਈ ਹੈ, ਜਿਹਨੇ ਪੈਂਟ ਪਾਈ ਹੈ, ਉਹ ਪੜ੍ਹ ਨਹੀਂ ਸਕਦਾ, ਮੋਨਾ ਇਹਦੇ ਨੇੜੇ ਨਹੀਂ ਆ ਸਕਦਾ। ਗੱਲਾਂ ਕਰੀ ਗਏ, ਮੈਂ ਉਹ ਰੈਜੂਲੇਸ਼ਨ ਬਣਾ ਲਿਆ। ਮੈਂ ਕਿਹਾ ਮੈਨੂੰ ਵੀ ਦੱਸੋ, ਮੈਂ ਬੋਲਾਂ, ਮੈਂ ਕਿਹਾ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਕੀ ਹੋ। ਇਹ ਅਕਾਲ ਪੁਰਖ ਦਾ ਯੂਨੀਵਰਸਲ ਮੈਸੇਜ ਹੈ ਸਾਰੀ ਦੁਨੀਆ 'ਚ ਜਾਣ ਵਾਲਾ, ਅਤੇ ਤੁਸੀਂ ਤਾਂ ਸਿੱਖਾਂ ਨੂੰ ਇਹ ਬੰਦ ਕਰਤਾ। ਇੱਥੇ ਪੈਂਟਾਂ ਵਾਲੇ ਬੇਅੰਤ ਸਿੱਖ ਨੇ, ਦਾੜੀਆਂ ਚਾੜੀਆਂ ਵਾਲੇ ਬੇਅੰਤ ਨੇ, ਅਤੇ ਜਿਹੜੇ ਸਾਜਧਾਰੀਆਂ ਉਹ ਮੋਨੇ ਨੇ। ਇਹ ਤੁਸੀਂ ਕੀ ਕਰਨ ਲੱਗ ਗਏ? ਉੱਪਰ ਹੋਰ ਕੰਬਲ ਪਾ ਤੇ, ਹੋਰ ਪਾ ਤੇ, ਹੋਰ ਪਾ ਤੇ, ਇਹ ਮੈਸੇਜ ਦੁਨੀਆ 'ਚ ਵੰਡਣਾ ਕਿ ਇਹ ਤੁਸੀਂ ਢੱਕਣਾ? ਉਹ ਸਮਝ 'ਚ ਆ ਗਈ, ਸਾਰੇ ਸਮਝਦਾਰ ਸੀ, ਕਹਿੰਦੇ ਹਾਂ ਗੱਲ ਤਾਂ ਸਮਝ ਪਿਆ। ਮੈਂ ਕਿਹਾ ਰਹਿਣ ਦਿਉ, ਇਹਦਾ ਰੈਜੂਲੇਸ਼ਨ ਬਣਾਓ। ਮੈਂ ਕਿਹਾ ਜੇ ਤੁਸੀਂ ਕਰਨਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ ਕਰੋ, ਉੱਥੇ ਹੀ ਬਣ ਗਿਆ ਗੁਰਮਤਿ ਸਿਧਾਂਤ ਸੰਤ ਸਮਾਜ, ਇਸ ਤਰ੍ਹਾਂ ਦਾ ਨਾਮ ਮੇਰੇ ਤੋਂ ਹੀ ਬਣਿਆ ਸੀ, ਮੈਂ ਹੀ ਉਹਦਾ ਕੰਸਟੀਟਿਊਸ਼ਨ ਬਣਾਇਆ ਸੀ। ਪਰ ਮੈਂ ਦੇਖਿਆ ਉਹ ਹੋਰੇ ਪਾਸੇ ਚਲੇ ਗਿਆ, ਪੋਲੀਟਿਕਸ 'ਚ ਪੈ ਗਿਆ। ਚਲੋ ਉਹ ਤਾਂ ਉਹਨਾਂ ਦੀ ਮਰਜ਼ੀ, ਗੁਰੂ ਗ੍ਰੰਥ ਸਾਹਿਬ ਨੂੰ ਸਮਝੋ ਵੀ ਕੀ ਕਹਿੰਦਾ, ਇਹਦੀ ਬਾਣੀ ਨੂੰ ਘੁਮਾਓ, ਕਿਉਂਕਿ ਗੁਰੂ ਹੈ, ਗੁਰੂ ਦਾ ਕਹਿਣਾ ਮੰਨਣਾ ਅਸੀਂ ਹਰ ਹਾਲਤ ਦੇ ਵਿੱਚ। ਹੁਣ ਇੱਕ ਛੋਟਾ ਜਿਹਾ ਦੱਸਦਾ, ਤਾਂ 1430 ਬੰਦੇ ਨੇ ਹੁਣੇ ਤੁਸੀਂ ਸੁਣਿਆ, ਜਿਸ ਬੱਖਰ ਕੋ ਲੈਣ ਤੂੰ ਆਇਆ, ਘਰੋਂ ਲੈਣ ਆਇਆ, ਮੈਂ ਸਿਉੜੇ ਤੋਂ ਲੈਣ ਆਇਆ, ਧਮੋਟ ਤੋਂ ਲੈਣ ਆਇਆ, ਪੱਲਿਆਂ ਤੋਂ ਲੈਣ ਆਇਆ, ਲੈਣ ਆਇਆ ਅਸੀਂ ਧੁਰ ਦਰਗਾਹ ਤੋਂ। ਉਹ ਚੀਜ਼ ਕੀ ਹੈ ਜਿਹੜੀ ਲੈਣ ਆਇਆ? ਉਹ ਕਹਿੰਦੇ ਨੇ ਉਹ ਹੈ ਪਰਮੇਸ਼ਰ ਦਾ ਨਾਮ, ਰਾਮ ਦਾ ਨਾਮ, ਵਾਹਿਗੁਰੂ ਦਾ ਨਾਮ। ਰਾਮ ਨਾਮ ਸੰਤਨ ਕਰ ਪਾਇਆ, ਇਹ ਸੰਤਾਂ ਕੋਲੋਂ ਮਿਲਣਾ, ਦੁਕਾਨ ਹੋਰ ਹੈ ਨਹੀਂ ਇਹਦੀ ਕੋਈ, ਨਾ ਕੋਈ ਮਾਰਕੀਟ ਹੈ, ਨਾ ਕੋਈ ਮਾਰਕੀਟਿੰਗ ਸ਼ੋਪਿੰਗ ਕੰਪਲੈਕਸ ਹੈ ਜਿੱਥੇ ਇਹ ਮਿਲਦਾ। ਇਹ ਕੇਵਲ ਸਾਧੂਆਂ ਕੋਲੋਂ ਮਿਲਦਾ, ਸਾਧੂ ਹੁਣ ਟੋਲਣਾ ਬੜਾ ਔਖਾ, ਬਹੁਤ ਮੁਸ਼ਕਲ ਹੋ ਗਈ। ਮੈਂ ਤਾਂ ਆਪ ਹੈਰਾਨ ਹਾਂ, ਮੈਨੂੰ ਤਾਂ ਇੱਕ ਸੰਤ ਮਿਲਿਆ ਸੀ, ਮੁੜ ਕੇ ਮੈਂ ਟੋਲਿਆ, ਰਿਸਪੈਕਟ ਮੈਂ ਸਾਰਿਆਂ ਦੀ ਕਰਦਾ, ਇਹ ਨਹੀਂ ਮੈਂ ਹੈਗਾ ਵੀ ਨਹੀਂ ਕਰਦਾ, ਸਭ ਦੀ ਕਰਦਾ। ਜੇ 10ਵੀਂ ਜਮਾਤ ਪੜ੍ਹਿਆ ਹੋਇਆ ਮੁੰਡਾ ਤਾਂ ਵੀ ਉਹ ਪੜ੍ਹਿਆ ਹੋਇਆ, ਜੇ 12ਵੀਂ ਪੜ੍ਹਿਆ ਫਿਰ ਵੀ ਪੜ੍ਹਿਆ, ਜੇ 15 ਜਮਾਤਾਂ ਪੜ੍ਹਿਆ 15 ਵੀ ਪੜ੍ਹਿਆ, ਜੇ PhD ਹੈ ਫਿਰ ਵੀ ਉਹ ਪੜ੍ਹਿਆ, ਜੇ ਉਹ DLIT ਹੈ ਫਿਰ ਉਹ ਠੀਕ ਹੈ, ਉਹ ਪੂਰਾ ਹੋ ਗਿਆ। ਇਸ ਤਰ੍ਹਾਂ ਸੰਤ
ਜਿੰਨਾ ਕੋਈ ਲੱਗਿਆ ਹੋਇਆ ਜਿੱਥੇ ਜਾ ਰਿਹਾ ਉਹ ਨਿੰਦਣਯੋਗ ਨਹੀਂ ਹੈਗਾ ਵੀ ਅਸੀਂ ਰਿਜੈਕਟ ਕਰ ਦਈਏ, ਬਿਲਕੁਲ ਗਲਤ ਹੈ। ਇਹ ਗੱਲ ਵੱਖਰੀ ਹੈ ਕਿ ਉਹ ਪੂਰਾ ਹੈ ਕਿ ਅਜੇ ਵਿਚਾਲੇ ਚੱਲਿਆ ਜਾਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਡਿਸਟਿੰਕਸ਼ਨ ਕੀਤੀ ਹੋਈ ਹੈ ਇਸ ਗੱਲ ਦੀ। ਉੱਥੇ ਪੁੱਛਿਆ ਵੀ ਮਹਾਰਾਜ ਸੰਤ ਤਾਂ ਹੈਗੇ, ਸਾਨੂੰ ਪੂਰਾ ਸੰਤ ਦੱਸੋ ਕੌਣ ਹੈ, ਜੇ ਹੇਠਾਂ ਦਰਜੇ ਨੇ ਸੰਤਾਂ ਦੇ ਤਾਂ ਹੀ ਪੂਰੇ ਦਾ ਸਵਾਲ ਹੋਇਆ, ਨਹੀਂ ਪੂਰੇ ਦਾ ਸਵਾਲ ਕਿਉਂ ਹੁੰਦਾ? ਮਹਾਰਾਜ ਕਹਿੰਦੇ ਪੂਰੇ ਦਾ ਇਹ ਹੈ ਜਿੰਨਾ ਸਾਸਕ ਰਾਸਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸਹੀ ਨਾਨਕਾ ਪੂਰਨ ਸਹੀ ਸੰਤ। ਜੇ ਪੂਰਾ ਲੱਭਣਾ ਇਹ ਹੈ, ਹੁਣ ਇਹਦੇ 'ਚ ਤਰਕ ਹੈ ਕਿਉਂਕਿ ਅਸੀਂ ਤਰਕ ਕਰੇ ਤਾਂ ਬਗੈਰ ਕਹਾਂ ਨਹੀਂ ਲੰਘਣਾ, ਸਾਡਾ ਭਰਿਆ ਪਿਆ ਅੰਦਰ ਤਰਕਾਂ ਨਾਲ, ਤਾਂ ਹੀ ਨਹੀਂ ਨਾਮ ਨਾਲ ਚਿੱਤ ਲੱਗਦਾ। ਉਹ ਤਰਕ ਇਹ ਆ ਵੀ ਉਹ ਦਿਨ ਰਾਤ ਕਿਵੇਂ ਨਾਮ ਜਪ ਲੈਂਦਾ, ਵਾਹਿਗੁਰੂ 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 ਕਰੀ ਜਾਓ ਕਰੀ ਜਾਓ ਕਰੀ ਜਾਓ, ਕਦੇ ਥੱਕ ਜਾਂਦਾ, ਮੂੰਹ ਥੱਕ ਜਾਂਦਾ ਹੈ। ਵੀ ਕੋਈ ਹੈ ਚੀਜ਼ ਜਿਹੜੀ ਦਿਨ ਰਾਤ ਜਪ ਸਕੇ? ਉਹ ਇਹ ਹੈ ਕਿ ਜਦ ਨਾਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਨਾ, ਅੱਖਾਂ ਖੁੱਲ੍ਹ ਜਾਂਦੀਆਂ ਨੇ, ਨੇਤਰ ਬੰਦ ਹੋਏ ਹੋਏ ਜਿਹੜਾ ਮੋਤੀਆ ਬਿੰਦਾ ਹਟ ਜਾਂਦਾ ਹੈ, ਉਹ ਕੀ ਦੇਖਦਾ ਵੀ ਇੱਥੇ ਤਾਂ ਸਾਰੇ ਹੀ ਵਾਹਿਗੁਰੂ ਆ, ਹੋਰ ਕੋਈ ਹੈ ਨਹੀਂ। ਇੱਥੇ ਪਹੁੰਚਦਾ ਨਾ ਜਦ ਸੰਤ, ਫਿਰ ਉਹਨੂੰ ਸ਼ੰਕਾ ਨਹੀਂ ਪੈਂਦਾ ਵੀ ਇਹ ਮਾੜੇ ਬੰਦੇ ਨੇ ਜੀ, ਆਹ ਤਾਂ ਫਲਾਣੇ ਨੇ ਜੀ, ਆਹ ਤਿਮਕੇ ਨੇ ਜੀ। ਉਹਨੂੰ ਇਹ ਹੁੰਦਾ ਵੀ ਇਹ ਸਾਰੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਜਿਹੜਾ ਇੱਥੇ ਪਹੁੰਚ ਗਿਆ ਉਹਨੂੰ ਨਹੀਂ ਫਿਰ ਮੁੜ ਕੇ ਭੁਲੇਖਾ ਪੈਂਦਾ, ਜਿਹਨੂੰ ਭੁਲੇਖਾ ਨਹੀਂ ਪੈਂਦਾ ਹੀ ਇਜ਼ ਏ ਸੇਂਟ, ਉਹ ਸੰਤ ਹੈ ਪੂਰਾ। ਮਹਾਰਾਜ ਕਹਿੰਦੇ ਉਹਦੇ ਕੋਲ ਹੈ ਨਾਮ, ਕਿਉਂਕਿ ਉਹ ਨਾਮ ਦੇ ਮੰਡਲ 'ਚ ਪਹੁੰਚ ਚੁੱਕਿਆ। ਬਾਕੀ ਤਾਂ ਮਿਹਨਤਾਂ ਕਰਦੇ ਨੇ, ਕਿਸੇ ਦੀ ਬਿਰਤੀ ਲੱਗਦੀ ਹੈ, ਕਿਸੇ ਦੀ ਬਹੁਤੀ ਲੱਗਦੀ ਆ, ਅਨੇਕਾਂ ਤਰੀਕੇ ਨੇ। ਹੁਣੇ ਤੁਸੀਂ ਇਹਨਾਂ 'ਤੇ ਸੁਣਿਆ, ਜੇ ਮੈਂ ਉਹਨਾਂ ਗੱਲਾਂ 'ਚ ਪਵਾਂ ਉੱਥੇ ਹੀ ਟਾਈਮ ਮੇਰਾ ਲੰਘ ਜੂ ਸਾਰਾ। ਬੇਅੰਤ ਤਰੀ ਅੰਦਰ ਅਵਸਥਾਵਾਂ ਨੇ, ਲੇਕਿਨ ਸਿਰੇ ਤਾਂ ਪਹੁੰਚਿਆ ਨਹੀਂ ਨਾ ਅਜੇ। ਸਿਰੇ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਥੋੜ੍ਹਾ ਨਹੀਂ ਹੈ। ਮੈਂ ਹੁਣੇ ਇੱਕ ਰਾਤ ਲੇਖ ਆ ਰਿਹਾ ਸੀ ਆਤਮ ਮਾਰਗ 'ਚ, ਉਹ ਮੈਨੂੰ ਕਹਿਣ ਲੱਗੇ ਤੁਸੀਂ ਫੇਰ ਇੰਗਲੈਂਡ ਨੂੰ ਜਾਣਾ, ਇਹਨੂੰ ਠੀਕ ਕਰ ਦਿਉ। ਉਹ ਮੈਂ ਠੀਕ ਕਰਨ ਲੱਗਿਆ, ਮੈਂ ਕਿਹਾ ਇਹ ਤਾਂ ਮੇਰੇ 'ਤੇ ਹੋਣਾ ਨਹੀਂ ਹੈ, ਇਹ ਤਾਂ ਬਹੁਤ ਵਿਸਥਾਰ ਹੈ, ਇਹ ਤਾਂ ਜ਼ਬਰਦਸਤ ਵੀ ਇਹ ਤਾਂ ਮੋਟੀ ਗੱਲ, ਜੇ ਇੱਕਦਮ ਸਿਰੇ ਵਾਲੀ ਗੱਲ ਕਰੋ ਸਮਝ ਨਹੀਂ ਆਉਂਦੀ, ਜੇ ਹੇਠਾਂ ਤੋਂ ਕਰੋ ਤਾਂ ਉਹ ਪੂਰਾ ਸਬਕ ਹੈ। ਜਾ ਮੁੱਕਦੀ ਗੱਲ ਇਹ ਹੈ ਕਿ ਜਿਸ ਵਕਤ ਪਦਾਰਥ ਭਾਵਨੀ ਹਟ ਜਾਏਗੀ, ਹਰ ਚੀਜ਼ ਜੋਤ ਨਜ਼ਰ ਆਏਗੀ ਪਰਮੇਸ਼ੁਰ ਦੀ ਹਰ ਚੀਜ਼ 'ਚ। ਜਿਹੜਾ ਅਸੀਂ ਕਹਿੰਦੇ ਹਾਂ ਵੀ ਇਹ ਡੈਡ ਚੀਜ਼ਾਂ ਨੇ, ਡੈਡ ਨਹੀਂ ਹੈ, ਇਹਨਾਂ ਵਿੱਚ ਵੀ ਲਾਈਫ ਹੈ, ਇਹਨਾਂ 'ਚ ਪਰਮੇਸ਼ੁਰ ਰਮਿਆ ਹੋਇਆ। ਇਹਨੂੰ ਛੱਡ ਕੇ ਜਦ ਪਰਮੇਸ਼ੁਰ ਰਮੇ ਹੋਏ, ਪਰਮੇਸ਼ੁਰ ਨੂੰ ਜਿਹੜਾ ਖੰਡਤ ਨਹੀਂ ਹੁੰਦਾ, ਕਿਤੇ ਨਾ ਨਹੀਂ ਹੁੰਦਾ, ਹਰ ਥਾਂ ਦੇ ਉੱਤੇ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਧਾਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬਣ ਤਿਰਨ ਪ੍ਰਭੁਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਹੇ, ਅੱਗ ਵਿੱਚ ਵੀ, ਹਵਾ 'ਚ ਵੀ, ਪਾਣੀ ਦੇ ਵਿੱਚ, ਚਾਰ ਕੁੰਟ ਦਾ ਦਿਸੈ ਸਮਾਏ। ਹੁਣ ਅਸਲੀ ਗੱਲ ਮਹਾਰਾਜ ਕਹਿੰਦੇ ਤਿਸਤੇ ਭਿੰਨ ਨਾ ਹੀ ਕੋਥੋਂ। ਜੇ ਤਾਂ ਇਹ ਗੱਲ ਮੰਨ ਲਈ, ਬੁੱਝ ਲਈ, ਮੰਨਣਾ ਹੋਰ ਚੀਜ਼ ਹੁੰਦਾ, ਬੁੱਝਣਾ ਹੋਰ ਚੀਜ਼ ਹੁੰਦਾ। ਮਹਾਰਾਜ ਨੇ ਮੰਨਣ ਨੂੰ ਮੰਨਿਆ ਨਹੀਂ ਹੈ, ਬੁੱਝਣ ਨੂੰ ਮੰਨਿਆ। ਉਹ ਬੁੱਝੇ ਹੋਏ ਤਾਂ ਮੰਨਦਾ, ਉਹ ਨਹੀਂ ਮੰਨਦਾ। ਮਹਾਰਾਜ ਕਹਿੰਦੇ ਆਵਣ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ ਢੋਰ। ਦੇਖੋ ਕਿੱਥੇ ਦਰਜਾ ਦੇਤਾ ਵੀ ਇਹ ਤਾਂ ਪਸ਼ੂ ਢੋਰ ਤੁਰੇ ਫਿਰਦੇ ਨੇ, ਇਹਨੇ ਬੁੱਝਿਆ ਨਹੀਂ ਅਜੇ। ਬੁੱਝਣ ਵਾਲੀ ਗੱਲ ਇਹੀ ਹੈ ਜਿਹੜੀ ਸੱਤ ਹੈ ਅਸਲੀ ਬਾਤ, ਜੋ ਸੰਸਾਰ ਦੇ ਵਿੱਚ ਹੈ। ਇਹ ਵਾਹਿਗੁਰੂ ਨਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈਡਿੰਗ ਲਿਖਤਾ ਹੈ। ਉਹਦੇ ਬਾਅਦ ਆਉਂਦਾ ਜਪ, ਉਹ ਹੈਡਿੰਗ ਹੈ ਵੀ ਇੱਥੇ ਪਹਿਲਾਂ ਵੀ ਵਾਹਿਗੁਰੂ ਸੀ, ਜ਼ਿਆਦਾ ਸਭ ਕੁਛ ਬਣਿਆ, ਇਹ ਕੁਛ ਨਹੀਂ ਹੈ ਬਣਿਆ, ਇਹ ਵਾਹਿਗੁਰੂ ਆਪੇ ਹੀ ਹੈ। ਪਾਰ ਬ੍ਰਹਮ ਕੇ ਸਗਲੇ ਠਾਉ, ਜਿੱਤ ਜਿੱਤ ਘਰ ਰੱਖੇ ਤੈਸਾ ਤਿੰਨ ਨੌ, ਆਪੇ ਕਰਨ ਕਰਾਵਨ ਜੋ ਪ੍ਰਭ ਭਾਵੈ ਸੋਈ ਫਨੋਗ, ਪਸਰੇ ਆਪ ਹੋਏ ਅਨਕ ਤਰੰਗ, ਆਪ ਇਹ ਪਸਾਰਾ ਕਰ ਲਿਆ, ਸਭ ਕੁਛ ਬਣ ਗਿਆ ਜਿੰਨਾ ਕੁਛ ਲਿਖਦਾ। ਕਰਤਾਰ
सब तेरी कुदरत को कादर करता तेरी कुदरत को कादर करता सब तेरी कुदरत को कादर करता 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 सब तेरी कुदरत को कादर करता तेरी कुदरत को कादर करता बाकी नाई पाक बाकी नाई पाक बाकी नाई पाक बाकी नाई पाक नानक हुक में अंदर वेख 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 कुदरत वसया तेरा अंत न जाई लगया बलिहारी कुदरत वसया तेरा अंत न जाई लगया बलिहारी कुदरत वसया तेरा अंत न जाई